हेलो एवरीवन वेलकम बैक टू योर ओन चैनल साइंटिया आज आपा एक नई सीरीज स्टार्ट ਕਰਨ ਜਾ ਰਹੇ ਆ ਪੀਟੈਟ एग्जाम ਦੀ ਜੋ ਤੁਹਾਡੇ ਲਈ ਆਈ ਹੋਪ ਬੈਨੀਫੀਸ਼ੀਅਲ ਵੀ ਰਹੇਗੀ ਅੱਜ ਆਪਾਂ ਸਾਇੰਸ ਦਾ ਚੈਪਟਰ 1 ਸਟੱਡੀ ਕਰਾਂਗੇ ਜੋ ਹੈ ਫੂਡ ਐਂਡ ਇਟਸ ਸੋਰਸਸ ਇਹ ਹੋਏਗਾ ਪਾਰਟ 1 ਕਲੀਅਰ ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ so that ਤੁਹਾਨੂੰ ਸਾਰੀਆਂ ਅਪਡੇਟਸ ਟਾਈਮ ਟੂ ਟਾਈਮ ਮਿਲਦੀਆਂ ਰਹਿਣ سٹਾਰਟ ਕਰਦੇ ਆਂ ਅੱਜ ਦਾ ਜੋ ਆਪਣਾ ਚੈਪਟਰ ਹੈ ਚੈਪਟਰ 1 ਫੂਡ ਹਾਂਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਫੂਡ ਕੀ ਹੁੰਦਾ ਫੂਡ ਕੋਈ ਵੀ ਚੀਜ਼ ਹੈ ਜੋ ਇੱਕ ਐਨੀਮਲ ਜਾਂ ਹਿਊਮਨ ਦੇ ਦੁਆਰਾ ਇਨਟੇਕ ਕੀਤੀ ਜਾਂਦੀ ਹੈ ਖਾਦੀ ਜਾਂਦੀ ਹੈ ਡਰਿੰਕ ਕੀਤੀ ਜਾਂਦੀ ਹੈ ਜਾਂ ਕੋਈ ਵੀ ਚੀਜ਼ ਹੈ ਜੋ ਕੀ ਹੈ ਹਿਊਮਨ ਨੂੰ ਯਾ ਐਨੀਮਲਸ ਨੂੰ ਕੀ ਪ੍ਰੋਵਾਈਡ ਕਰਦੀ ਹੈ એનર્ਜੀ ਪ੍ਰੋਵਾਈਡ ਕਰਦੀ ਹੈ ਕਲੀਅਰ ਅਗਰ ਆਪਾਂ ਗੱਲ ਕਰੀਏ ਤਾਂ ਫੂਡ ਸਿੰਪਲ ਵੇ ਦੇ ਵਿੱਚ ਕੀ ਕਹੀਏ ਫੂਡ ਕੀ ਆਪਣੇ ਕੋਲ ਬੇਸਿਕ ਨੀਡ ਹੈ ਬੇਸਿਕ ਨੀਡ ਹੈ ਹਿਊਮਨਸ ਦੀ ਜਾਂ ਫਿਰ ਆਪਾਂ ਗੱਲ ਕਰੀਏ ਐਨੀਮਲਸ ਦੀ ਇੱਕ ਬੇਸਿਕ ਜ਼ਰੂਰਤ ਹੈ ਜੋ ਆਪਾਂ ਨੂੰ ਕੀ ਹੈ એનર્ਜੀ ਪ੍ਰੋਵਾਈਡ ਕਰਦੀ ਹੈ ਕਲੀਅਰ ਇਸ ਤੋਂ ਇਲਾਵਾ ਇਹ ਆਪਾਂ ਨੂੰ ਹੈਲਦੀ ਰੱਖਦੀ ਹੈ ਫੂਡ ਆਪਾਂ ਨੂੰ ਹੈਲਦੀ ਰੱਖਦਾ ਹੈ ਐਕਟਿਵ ਰੱਖਦਾ ਹੈ ਗਰੋ ਕਰਨ ਦੇ ਵਿੱਚ ਹੈਲਪ ਕਰਦਾ ਹੈ ਕਲੀਅਰ ਫੂਡ ਦੀ وجہ ਨਾਲ ਹੀ ਆਪਾਂ ਅਲਾਈਵ ਆ ਇਹ ਆਪਾਂ ਨੂੰ ਮਦਦ ਕਰਦਾ ਤਾਂ ਕਿ ਆਪਾਂ ਡਿਸੀਜ਼ਸ ਦੇ ਨਾਲ ਫਾਈਟ ਕਰ ਸਕੀਏ ਫਾਈਟ ਕਰ ਸਕੋਏ ਕੋਈ ਵੀ ਡਿਸੀਜ਼ਸ ਦੇ ਨਾਲ ਮਤਲਬ ਆਪਾਂ ਨੂੰ ਸਟਰੋਂਗ ਕੌਨ ਬਣਾਉਂਦਾ ਹੈ ਫੂਡ ਦਾ ਫੂਡ ਇੱਕ ਪ੍ਰੋਪਰ ਵੇ ਦੇ ਵਿੱਚ ਪ੍ਰੋਪਰ ਅਮਾਉਂਟ ਦੇ ਵਿੱਚ ਲੈਣਾ ਬਹੁਤ ਜ਼ਰੂਰੀ ਹੈ ਰਿਪੇਅਰ ਕਰਦਾ ਜਿੰਨੇ ਵੀ ਆਪਣੇ ਸੈਲਸ ਡੈਮੇਜ ਹੋ ਜਾਂਦੇ ਨੇ ਬਾਡੀ ਦੇ ਅੰਦਰ ਉਹਨਾਂ ਨੂੰ ਰਿਪੇਅਰ ਕਰਦਾ ਐਂਡ ਕਈ ਵਾਰ ਨਵੇਂ ਸੈਲਸ ਵੀ ਬਣਾਉਂਦਾ ਨਿਊ ਸੈਲਸ ਦੀ ਫਾਰਮੇਸ਼ਨ ਵੀ ਹੁੰਦੀ ਹੈ ਕਲੀਅਰ ਤਾਂ ਹੁਣ ਦੇਖੋ ਫੂਡ ਦੇ ਦੋ ਸੋਰਸਸ ਨੇ ਆਪਾਂ ਨੂੰ ਪਤਾ ਹੈ ਮੇਨਲੀ ਫੂਡ ਆਪਾਂ ਨੂੰ ਕਿੱਥੋਂ-ਕਿੱਥੋਂ ਮਿਲਦਾ ਹੈ ਪਲਾਂਟਸ ਤੋਂ ਐਂਡ ਐਨੀਮਲਸ ਤੋਂ ਤਾਂ ਫੂਡ ਦੇ ਅਗਰ ਸੋਰਸਸ ਦੀ ਗੱਲ ਕਰੀਏ ਟੂ ਸੋਰਸਸ ਐ ਆਪਣੇ ਕੋਲ ਇੱਕ ਪਲਾਂਟ ਪਲਾਂਟਸ ਐਂਡ ਐਨੀਮਲਸ ਕਲੀਅਰ ਹੁਣ ਅਗਰ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਦੇਖੋ ਜੋ ਪਲਾਂਟਸ ਤੇ ਐਨੀਮਲਸ ਨੇ ਜਿਹੜੀਆਂ ਵੀ ਚੀਜ਼ਾਂ ਪਲਾਂਟਸ ਤੋਂ ਮਿਲਣਗੀਆਂ ਉਹਨਾਂ ਨੂੰ ਆਪਾਂ ਪਲਾਂਟ ਫੂਡ ਕਹਿ ਦਿੰਨੇ ਆ ਜੋ ਚੀਜ਼ਾਂ ਐਨੀਮਲਸ ਤੋਂ ਮਿਲਣਗੀਆਂ ਉਹਨਾਂ ਨੂੰ ਐਨੀਮਲ ਫੂਡ ਕਹਿ ਦਿੰਦੇ ਆ ਹੁਣ ਅਗਰ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਪਲਾਂਟਸ ਦੀ ਤਾਂ ਪਲਾਂਟਸ ਦੀ ਬਹੁਤ ਸਾਰੀ ਕੈਟਾਗਰੀਜ਼ ਐ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਨੇ ਆਪਾਂ ਨੂੰ ਪਤਾ ਇਹਨਾਂ ਤੋਂ ਅਲੱਗ-ਅਲੱਗ ਤਰ੍ਹਾਂ ਦਾ ਹੀ ਫਿਰ ਆਪਾਂ ਨੂੰ ਫੂਡ ਮਿਲਦਾ ਜਿਵੇਂ ਪਲਸਿਸ ਵੈਜੀਟੇਬਲਸ ਫਰੂਟਸ ਆਇਲਸ spices sara kuch clear eh gall hogi apne kol ki is di plants di jo ajje apne ikvarton nu intro deti ki sources hunde ki hai next agar ap gall kariye animals di hun animals ton animals di vi different different categories hundiyan jivein mainly 3 types di categories hundiyan animals di ਇੱਕ ਹੋ ਜਾਂਦੇ ਆ ਹਰਬੀਵੋਰਸ ਸੈਕਿੰਡ ਵਨ ਹੋ ਜਾਂਦੇ ਆ ਵੇਟ ਆਪਾਂ ਚੇਂਜ ਕਰ ਲਈਏ ਕਾਰਨੀਵੋਰ ਐਂਡ ਥਰਡ ਆਪਣੇ ਕੋਲ ਹੋ ਜਾਂਦੇ ਆ ਓਮਨੀਵੋਰਸ ਕਲੀਅਰ ਤਾਂ 3 ਟਾਈਪਸ ਦੇ ਨੇ ਤਾਂ ਇਸ ਲਈ ਆਪਾਂ ਨੂੰ ਮੇਨਲੀ ਇਨਾਂ ਤੋਂ ਫੂਡ ਵੀ ਕੀ ਹੈ ਅਲੱਗ-ਅਲੱਗ ਤਰ੍ਹਾਂ ਦਾ ਮਿਲਦਾ ਹੁਣ ਮੇਨਲੀ ਤਾਂ ਅਗਰ ਆਪਾਂ ਨੇ ਸਿੰਪਲ ਨੋਰਮਲ ਕੁਐਸਚਨ ਆਇਆ ਹੁੰਦਾ ਕਿ ਐਨੀਮਲਸ ਨੂੰ ਕਿਸ ਤਰ੍ਹਾਂ ਦਾ ਫੂਡ ਮਿਲਦਾ ਤਾਂ ਆਪਾਂ ਲਿਖ ਦਿੰਨੇ ਆ ਮਿਲਕ ਮੀਟ ਐਗਸ ਕਲੀਅਰ ਇਹ ਸਾਰਾ ਕੁਝ ਐਨੀਮਲਸ ਤੋਂ ਬਟ ਮੇਨਲੀ ਅਗਰ ਆਪਾਂ ਗੱਲ ਕਰੀਏ 3 ਟਾਈਪਸ ਜਾਂ ਕੈਟੇਗਰੀਜ਼ ਹੁੰਦੀਆਂ ਹਰਬੀਵੋਰਸ ਕਾਰਨੀਵੋਰਸ ਐਂਡ ਓਮਨੀਵੋਰਸ ਇਨਾਂ ਤੋਂ ਆਪਾਂ ਨੂੰ ਹੁਣ ਇਹ ਕਿਸ ਤਰੀਕੇ ਨਾਲ ਮਤਲਬ ਡਿਵਾਈਡ ਨੇ ਅਗਰ ਆਪਾਂ ਥੋੜੀ ਜੀ ਡਿਟੇਲ ਚ ਜਾਈਏ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਰਬੀਵੋਰਸ ਦੀ ਇਹ ਉਹ ਐਨੀਮਲਸ ਨੇ ਜੋ ਪlant ਖਾਂਦੇ ਆ ਉਹ ਐਨੀਮਲਸ ਜੋ ਪlant ਨੂੰ ਖਾਂਦੇ ਆ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਹਰਬੀਵੋਰਸ ਕਹਿ ਦਿੰਨੇ ਆ ਅਲੱਗ-ਅਲੱਗ ਤਰ੍ਹਾਂ ਦੇ ਪlantਸ ਦੇ ਪਾਰਟਸ ਨੂੰ ਖਾਂਦੇ ਆ ਉਸ ਨੂੰ ਆਪਾਂ ਹਰਬੀਵੋਰਸ ਕਹਿ ਦਿੰਨੇ ਆ ਇਸ ਸਿਰਫ ਤੇ ਸਿਰਫ ਕਿਸ ਤੇ ਡਿਪੈਂਡ ਕਰਦੇ ਨੇ ਪਲਾਂਟਸ ਤੇ ਡਿਪੈਂਡ ਕਰਦੇ ਨੇ ਏ ਐਨੀਮਲ ਕਲੀਅਰ ਜਿੱਦਾਂ ਕੀ ਕਾਊ ਗੋਟ ਜੀਰਾਫ ਜ਼ੈਬਰਾ ਇਹ ਸਾਰੇ ਕੀ ਹੋ ਜਾਂਦੇ ਨੇ ਹਰਬੀਵੋਰਸ ਹੋ ਜਾਂਦੇ ਆ ਕਲੀਅਰ ਸੈਕਿੰਡ ਆਪਾਂ ਨੇ ਗੱਲ ਕੀਤੀ ਸੀ ਕਾਰਨੀਵੋਰਸ ਦੇ ਇਹ ਉਹ ਐਨੀਮਲਸ ਹੁੰਦੇ ਆ ਜੋ ਦੂਸਰੇ ਐਨੀਮਲਸ ਨੂੰ ਹੀ ਖਾਂਦੇ ਆ ਜੋ ਮਾਸ ਨੂੰ ਖਾਂਦੇ ਆ ਕਲੀਅਰ ਇਹਨਾਂ ਨੂੰ ਕਾਰਨੀਵੋਰਸ ਐਨੀਮਲ ਕਹਿ ਦਿੰਦੇ ਆ ਤਾਂ ਇਹਦਾ ਮਤਲਬ ਇਹ ਕਿਸ ਤੇ ਡਿਪੈਂਡ ਕਰਦੇ ਨੇ ਦੂਸਰੇ ਐਨੀਮਲਸ ਤੇ ਇਹਨਾਂ ਦਾ ਫੂਡ ਕੀ ਹੋ ਗਿਆ ਦੂਸਰੇ ਐਨੀਮਲਸ ਇਹਨਾਂ ਦਾ ਕੀ ਸੀ ਪਲਾਂਟਸ ਦੇ ਪਾਰਟਸ ਸੀ ਹਰਬੀਵੋਰਸ ਦਾ ਤਾਂ ਇਸ ਟ ਕੈਟਿਗਰੀ ਆ ਜਾਣਾ ਜਿੱਦਾਂ ਲਾਈਨ ਟਾਈਗਰ ਚੀਤਾ ਸਾਰੇ ਨੈਕਸਟ ਆ ਜਾਂਦੇ ਨੇ ਓਮਨੀਵੋਰਸ ਓਮਨੀਵੋਰਸ ਐਨੀਮਲ ਉਹ ਹੁੰਦੇ ਆ ਜੋ ਬੋਥ ਪਲਾਂਟ ਮਤਲਬ ਦੋਨਾਂ ਨੂੰ ਖਾਂਦੇ ਆ ਪਲਾਂਟਸ ਨੂੰ ਵੀ ਖਾਂਦੇ ਆ ਪਲਾਂਟਸ ਦੇ ਪਾਰਟਸ ਨੂੰ ਵੀ ਖਾਂਦੇ ਆ ਐਂਡ ਐਨੀਮਲਸ ਨੂੰ ਵੀ ਕਲੀਅਰ ਉਹਨਾਂ ਨੂੰ ਓਮਨੀਵੋਰਸ ਕਹ ਦਿੰਦੇ ਆ ਮਤਲਬ बोथ मीट एंड प्लांट्स टेकन वाले होंगे कॉम्बीनेशन होंगे जिमें कि एग्जाम्पल बीयर बियर क्रो एंड ह्यूमन ह्यूमन किस आ जाते हैं ओमनीवरस क्योंकि कुछ एनिमल्स सिर्फ वैजीटेरियन होंगे है एंड कुछ नॉन वैजीटेरियन होंगे जो मतलब मास भी खाते हैं क्लीयर ਇਸ ਤਰੀਕੇ ਨਾਲ ਆਪਣੇ ਕੋਲ ਇਹ ਕੀ ਹੋਗੇ ਸੋਰਸਿਸ ਹੋਗੇ ਕਿਸ ਦੇ ਫੂਡ ਦੇ ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੋ ਚੁੱਕੀ ਹੈ ਫੂਡ ਦੇ ਕੀ ਹੋਗੇ ਆਪਣੇ ਕੋਲ ਸੋਰਸਿਸ ਹੋਗੇ ਨੈਕਸਟ ਆਪਾਂ ਗੱਲ ਕਰਾਂਗੇ ਨਿਊਟ੍ਰੀਐਂਟਸ ਦੀ ਨੈਕਸਟ ਆਪਾਂ ਗੱਲ ਕਰਾਂਗੇ ਨਿਊਟ੍ਰੀਐਂਟਸ ਦੀ ਥੋੜਾ ਬਲਰ ਲਿਖਿਆ ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ ਹੁਣ ਨਿਊਟ੍ਰੀਐਂਟਸ ਉਹ ਹੁੰਦੇ ਆ ਅਗਰ ਮੈਂ ਸਿੰਪਲ ਦੱਸਾਂ ਤੁਹਾਨੂੰ ਜੋ ਆਪਾਂ ਨੂੰ ਫੂਡ ਤੋਂ ਮਿਲਦਾ ਉਹ ਚੀਜ਼ਾਂ ਜੋ ਆਪਾਂ ਨੂੰ ਫੂਡ ਤੋਂ ਮਿਲਦੀਆਂ ਜੋ ਆਪਣੇ ਮਤਲਬ ਗ੍ਰੋਥ ਦੇ ਵਿੱਚ ਜਾਂ ਆਪਾਂ ਵਿਕਾਸ ਦੇ ਵਿੱਚ ਮਦਦ ਕਰਦੀਆਂ ਨੇ ਆਪਾਂ ਨੂੰ ਸਿਹਤਮੰਦ ਰੱਖਦੀਆਂ ਨੇ ਹੈਲਦੀ ਰੱਖਦੀਆਂ ਨੇ ਜੋ ਚੀਜ਼ਾਂ ਆਪਾਂ ਨੂੰ ਫੂਡ ਤੋਂ ਮਿਲਦੀਆਂ ਨੇ ਤਾਂ ਕਿ ਆਪਾਂ ਹੈਲਦੀ ਰਹਿ ਸਕੀਏ ਆਪਣਾ ਡਿਵੈਲਪਮੈਂਟ ਵਿਕਾਸ ਹੁੰਦਾ ਰਹੇ ਆਪਣਾ ਗਰੋਥ ਹੁੰਦੀ ਰਹੇ ਇਹ ਕੌਣ ਕਰਦੀ ਹੈ ਜੋ ਆਪ ਨੂੰ ਫੂਡ ਤੋਂ ਕੀ ਮਿਲਦੇ ਨੇ ਨਿਊਟ੍ਰੀਐਂਟਸ ਮਿਲਦੇ ਨੇ ਦੇਖੋ ਲਿਖਿਆ ਹੋਇਆ ਆll living organism ਜੋ ਨਿਊਟ੍ਰੀਐਂਟਸ ਹੈ ਫॉर ਗਰੋਥ ਮੇਨਟੇਨੈਂਸ ਐਂਡ ਰਿਪੇਅਰ ਆਫ ਡੈਮੇਜ ਟਿਸ਼ੂ ਜਿਹੜੇ ਟਿਸ਼ੂਸ ਟੁੱਟ ਚੁੱਕੇ ਨੇ ਉਹਨਾਂ ਦੀ ਰਿਪੇਅਰ ਕਰਨ ਦੇ ਲਈ ਆਪਾਂ ਨੂੰ ਨਿਊਟ੍ਰੀਐਂਟਸ ਚਾਹੀਦੇ ਹੁੰਦੇ ਨੇ ਨਿਊਟ੍ਰੀਸ਼ਨ ਇੱਕ ਪੂਰਾ ਪ੍ਰੋਸੈਸ ਹੈ ਜਿਹਦੇ ਵਿੱਚ ਆਪਾਂ ਨੂੰ એનર્ਜੀ ਮਿਲਦੀ ਹੈ ਨਿਊਟ੍ਰੀਐਂਟਸ ਕਿੱਥੋਂ ਮਿਲਦੇ ਨੇ ਫੂਡ ਤੋਂ ਕਾਦੇ ਲਈ ਗ੍ਰੋਥ ਲਈ ਮੇਨਟੇਨ ਲਈ ਜਾਂ ਟਿਸ਼ੂਸ ਦੀ ਰਿਪੇਅਰ ਕਰਨ ਦੇ ਲਈ ਸੇਮ ਹੀ ਚੀਜ਼ ਲਿਖੀ ਹੋਈ ਹੈ ਇਹਨਾਂ ਨੇ ਕਲੀਅਰ ਹੋਈ ਕਿ ਨਿਊਟ੍ਰੀਐਂਟਸ ਹੁੰਦਾ ਕੀ ਹੈ ਜੋ ਮੇਨਲੀ ਆਪਾਂ ਨੂੰ ਫੂਡ ਤੋਂ ਮਿਲਦਾ ਹੈ ਕਲੀਅਰ ਨੈਕਸਟ ਹੁਣ ਆਪਾਂ ਗੱਲ ਕਰਾਂਗੇ ਨਿਊਟ੍ਰੀਐਂਟਸ ਦੇ ਬਾਰੇ ਇਸ ਨੂੰ ਕੰਟੀਨਿਊ ਕਰਾਂਗੇ ਦੀ ਅੱਗੇ ਟਾਈਪਸ ਕੀ ਹੁੰਦੀਆਂ ਨੇ ਦੇਖੋ ਮੇਨਲੀ ਨਾ ਨਿਊਟ੍ਰੀਐਂਟਸ ਦੋ ਟਾਈਪਸ ਦੇ ਵਿੱਚ ਡਿਵਾਈਡ ਕੀਤੇ ਜਾਂਦੇ ਆ ਮੈਕਰੋਨਿਊਟ੍ਰੀਐਂਟਸ ਐਂਡ ਮਾਈਕਰੋਨਿਊਟ੍ਰੀਐਂਟਸ ਮੈਕਰੋਨਿਊਟ੍ਰੀਐਂਟਸ ਕਿਹੜੇ ਹੁੰਦੇ ਆ ਜੋ ਆਪਾਂ ਨੂੰ ਲਾਰਜ ਅਮਾਊਂਟ ਦੇ ਵਿੱਚ ਚਾਹੀਤੇ ਹੁੰਦੇ ਆ ਮੈਕਰੋ ਦਾ ਦੇਖੋ ਜੋ ਵਰਡ ਹੈ ਨਾ ਮੈਕਰੋ ਜੋ ਵਰਡ ਹੈ ਮੈਕਰੋ ਇਹਦਾ ਮਤਲਬ ਹੀ ਲਾਰਜ ਹੁੰਦਾ ਜੋ ਵਰਡ ਹੈ ਮਾਈਕਰੋ ਆਪਾਂ ਮਾਈਕਰੋਸਕੋਪ ਕਹਿ ਦਿੰਨੇ ਆ ਤਾਂ ਮਾਈਕਰੋ ਦਾ ਮਤਲਬ ਕੀ ਹੁੰਦਾ স্মੋਲ ਕਲੀਅਰ ਤਾਂ ਮੈਕਰੋ ਦਾ ਮਤਲਬ ਕੀ ਹੋ ਗਿਆ ਲਾਰਜ ਤਾਂ ਜਿਹੜੀ ਚੀਜ਼ ਆਪਾਂ ਨੂੰ ਲਾਰਜ ਅਮਾਉਂਟ ਦੇ ਵਿੱਚ ਚਾਹੀਦੀ ਹੈ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਮੈਕਰੋਨਿਊਟ੍ਰੀਐਂਟਸ ਜੋ ਘੱਟ ਅਮਾਉਂਟ ਦੇ ਵਿੱਚ ਚਾਹੀਦੀਆਂ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਮਾਈਕਰੋਨਿਊਟ੍ਰੀਐਂਟਸ ਜਿਵੇਂ ਹੁ ਜਿਹੜੇ ਮੈਕਰੋਨਿਊਟ੍ਰੀਐਂਟਸ ਐ 1 ਗ੍ਰਾਮ ਦੇ ਵਿੱਚ ਲਗਾ ਲਓ ਕਲੀਅਰ ਗ੍ਰਾਮ ਦੇ ਵਿੱਚ ਚਾਹੀਦੇ ਹੁੰਦੇ ਆ ਜਿਹੜੇ ਇੱਥੇ ਮੈਂ ਲਿਖ ਦਿੰਨੀ ਆ ਗ੍ਰਾਮ ਦੇ ਵਿੱਚ ਜਾਂ ਆਉਂਸ ਦੇ ਵਿੱਚ ਜਿਹੜੇ ਮਾਈਕਰੋਨਿਊਟ੍ਰੀਐਂਟਸ ਹੁੰਦੇ ਆ ਇਹ ਆਪਾਂ ਨੂੰ ਮਾਈਕਰੋਗ੍ਰਾਮ ਦੇ ਵਿੱਚ ਚਾਹੀਦੇ ਹੁੰਦੇ ਆ ਮਾਈਕਰੋ ਗ੍ਰਾਮ ਦੇ ਵਿੱਚ ਕਲੀਅਰ ਮਤਲਬ ਕਾਟ ਅਮਾਉਂਟ ਦੇ ਵਿੱਚ ਜਿਹੜੇ ਮੈਕਰੋ ਨਿਊਟ੍ਰੀਐਂਟਸ ਨੇ ਅੱਗੇ ਇਹਨਾਂ ਦੀਆਂ ਵੀ ਕੈਟਾਗਰੀਜ਼ ਨੇ ਹੁਣ ਆਪਾਂ ਅਗਰ ਡਿਸਕਸ ਕਰੀਏ ਜਿਵੇਂ ਕਾਰਬੋਹਾਈਡਰੇਟਸ ਫੈਟਸ ਲਿਪਿਡਸ ਪ੍ਰੋਟੀਨਸ ਇਹ ਕੀ ਹੋਗੇ ਜੋ ਮੈਕਰੋ ਮਤਲਬ ਜੋ ਆਪਾਂ ਨੂੰ ਜ਼ਿਆਦਾ ਅਮਾਉਂਟ ਦੇ ਵਿੱਚ ਚਾਹੀਦੇ ਨੇ ਇਹ ਮੇਨਲੀ ਕਿਸ ਲਈ ਯੂਜ਼ ਹੁੰਦਾ ਹੈ ਤਾਂ ਕਿ ਇਹ એનર્ਜੀ ਨੂੰ ਜ਼ਿਆਦਾ ਜਨਰੇਟ ਕਰpan એનર્ਜੀ ਜਨਰੇਟ ਕਰ ਪਾਨ ਤਾਂ ਕਿ ਆਪਣੇ ਜਿਹੜੇ ਟਿਸ਼ੂਸ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਰਿਪੇਅਰ ਕਰ ਪਾਨ ਤੇ ਉਹਨਾਂ ਦੀ ਗਰੋਥ ਹੁੰਦੀ ਰਹੇ ਜੋ ਕੀ ਨੇ ਆਪਣੇ ਕੋਲ ਮੈਕਰੋ ਨੇ ਐਂਡ ਅਗਰ ਮੈਂ ਗੱਲ ਕਰਾਂ ਮਾਈਕਰੋ ਮਾਈਕਰੋ ਦੇ ਵਿੱਚ ਕਿਹੜੇ-ਕਿਹੜੇ ਆ ਜਾਂਦੇ ਆਪਣੇ ਕੋਲ ਵਿਟਾਮਿਨਸ मिनरल्स ਜਾਂ ਫਿਰ ਆਪਾਂ ਕਹੀਏ ਫਾਈਟੋ케ਮਿਕल्स ਮੀਨਸ ਇਹਨਾਂ ਨੂੰ ਮੇਨਲੀ ਕਨਸੀਡਰ ਨਹੀਂ ਕਰਦੇ ਤੁਸੀਂ ਵਿਟਾਮਿਨਸ ਐਂਡ मिनਰਲਸ ਜੋ ਆਪਾਂ ਨੂੰ ਘੱਟ ਅਮਾਊਂਟ ਦੇ ਵਿੱਚ ਚਾਹੀਦੇ ਹੁੰਦੇ ਆ ਠੀਕ ਹੈ ਇਨਾਂ ਦਾ ਮੇਨਲੀ ਅਗਰ ਆਪਾਂ ਗੱਲ ਕਰੀਏ ਇਹ ਕਿਸੇ ਚੀਜ਼ ਦੀ ਡੈਫੀਸ਼ੈਂਸੀ ਨੂੰ ਰੋਕਣ ਦੇ ਲਈ ਕੋਈ ਕਮੀ ਨਾ ਹੋ ਜੇ ਡੈਫੀਸ਼ੈਂਸੀ ਨੂੰ ਰੋਕਣ ਦੇ ਲਈ ਆਪਾਂ ਇਹਨਾਂ ਨੂੰ ਇਨਟੇਕ ਕਰਦੇ ਹਾਂ ਮਾਈਕਰੋ ਨਿਊਟ੍ਰੀਐਂਟਸ ਨੂੰ ਕਲੀਅਰ ਆਈ ਹੋਪ ਤੁਹਾਨੂੰ ਮੈਕਰੋ ਤੇ ਮਾਈਕਰੋ ਕਲੀਅਰ ਹੋ ਗਿਆ ਹੋਣਾ ਕਿ ਕੀ ਹੁੰਦੇ ਆ ਨੈਕਸਟ ਹੁਣ ਆਪਾਂ ਗੱਲ ਕਰਾਂਗੇ ਜੋ ਮੇਨ ਨਿਊਟ੍ਰੀਐਂਟਸ ਦੇ ਕਿੰਨੀਆਂ ਟਾਈਪਸ ਹੁੰਦੀਆਂ ਮੇਨ ਇਸ 6 टाइप्स ਦੇ ਨਿਊਟ੍ਰੀਐਂਟਸ ਹੁੰਦੇ ਆ ਜਿਵੇਂ ਵਾਟਰ ਕਾਰਬੋਹਾਈਡਰੇਟਸ ਫੈਟਸ ਪ੍ਰੋਟੀਨਸ ਵਿਟਾਮਿਨਸ ਐਂਡ ਮਿਨਰਲਸ ਇਹ ਕਿਨੇ 6 ਟਾਈਪ ਦੇ ਕਈ ਵਾਰ ਨਿਊਟ੍ਰੀਐਂਟਸ ਤੇ ਕੁਐਸਚਨ ਬਣ ਜਾਂਦਾ ਉਸ ਦੀ ਟਾਈਪਸ ਤੇ ਕਿ ਕਿਹੜੀਆਂ-ਕਿਹੜੀਆਂ ਟਾਈਪਸ ਐ ਮੈਕਰੋ ਤੇ ਮਾਈਕਰੋ ਹੁਣ ਉਹਨਾਂ ਦੀ ਵੀ ਅੱਗੇ ਡਿਵੀਜ਼ਨ ਕੀਤੀ ਹੋਈ ਸੀਗੀ ਅਗਰ ਤੁਹਾਨੂੰ ਧਿਆਨ ਦੇ ਵਿੱਚ ਹੋਵੇ ਕਿ ਆਹ ਮੈਕਰੋ ਨੇ ਆਹ ਮਾਈਕਰੋ ਐ ਠੀਕ ਹੈ ওয়াটার ਵੀ নিউট্রিয়েন্টস ਦੇ ਵਿੱਚ ਆ ਜਾਂਦਾ ਕਿਉਂਕਿ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਕਲੀਅਰ ਤਾਂ ਹੁਣ ਆਪਾਂ ਇਹਨਾਂ ਦੀ ਡਿਸਕਸ਼ਨ ਕਰਾਂਗੇ ਸਾਰਿਆਂ ਦੀ ਸਭ ਤੋਂ ਪਹਿਲਾਂ ਜੋ ਆਪਾਂ ਡਿਸਕਸ਼ਨ ਕਰਨੀ ਹੈ ਉਹ ਮੈਕਰੋ নিউট্রিয়েন্টস ਦੀ ਕਰਨੀ ਹੈ ਮੈਂ ਤੁਹਾਨੂੰ ਇੱਕ ਵਾਰ ਇੰਟਰੋ ਦੇਤੀ ਸੀ ਹੁਣ ਮੈਕਰੋ নিউট্রিয়েন্টস ਦੀ ਆਪਾਂ ਡਿਸਕਸ਼ਨ ਕਰਨਾ ਸ਼ੁਰੂ ਕਰਾਂਗੇ ਤਾਂ ਮੈਕਰੋ ਦਾ ਮਤਲਬ ਮੈਂ ਕੀ ਦੱਸਿਆ ਜੋ ਆਪਾਂ ਨੂੰ ਲਾਰਜ ਅਮਾਉਂਟ ਦੇ ਵਿੱਚ ਆਪਣੀ ਬੋਡੀ ਨੂੰ ਲਾਰਜ ਅਮਾਊਂਟ ਦੇ ਵਿੱਚ ਨਿਊਟ੍ਰੀਐਂਟਸ ਚਾਹੀਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਮੈਕਰੋਨਿਊਟ੍ਰੀਐਂਟਸ ਕਹਿੰਦੇ ਆ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਸੀ ਆਪਣੇ ਕੋਲ ਕਾਰਬੋਹਾਈਡਰੇਟਸ ਸੋਨਿਆਈ ਹੋਣਾ ਕਾਰਬੋ ਹਾਈਡਰੇਟਸ ਤਾਂ ਕਾਰਬੋਹਾਈਡਰੇਟਸ ਕੀ ਹੁੰਦੇ ਦੇਖੋ ਕਾਰਬੋਹਾਈਡਰੇਟਸ ਉਹ ਕੰਪਾਊਂਡ ਨੇ ਜੋ ਕਿਸ ਤੋਂ ਬੰਦੇ ਨੇ シュガー ਦੀਆਂ टाइप्स ਤੋਂ ਬੰਦੇ ਨੇ ਜਿਹੜੇ ਮੈਕਰਬੋਹਾਈਡਰੇਟਸ ਨੇ ਇਹ ਮੇਨਲੀ ਨਾ ਜੋ 슈ガー ਦੀਆਂ टाइप्स ਹੁੰਦੀਆਂ ਨੇ ਉੱਥੋਂ ਫਾਰਮ ਹੁੰਦੇ ਆ ਕਲੀਅਰ ਮਤਲਬ ਕਾਫੀ ਸਾਰੀ ਇਹਨਾਂ ਦੇ ਵਿੱਚ 슈ガー ਦੀਆਂ ਯੂਨਿਟਸ ਪ੍ਰੈਜ਼ੈਂਟ ਹੁੰਦੀਆਂ ਨੇ ਜਿਵੇਂ ਨਾਮ ਅਗਰ ਆਪਾਂ ਐਗਜ਼ਾਮਪਲ ਦੀ ਗੱਲ ਕਰੀਏ ਗਲੂਕੋਜ਼ ਫਰਕਟੋਜ਼ ਸੁਣਿਆ ਹੋਣਾ ਤੁਸੀਂ ਸਾਰਿਆਂ ਨੇ ਇਹ ਨਾ ਬੇਸਿਕ ਜੀਆਂ ਚੀਜ਼ਾਂ ਨੇ ਪਰ ਇਹ ਕੁਐਸਚਨ ਬਣਾ ਦਿੰਦੀਆਂ ਨੇ ਸੁਕ੍ਰੋਜ਼ ਲੈਕਟੋਸ ਇਹ ਸਾਰੇ ਕੀ ਨੇ स्टार्च ਲਗਾ ਲੋ ਇਹ ਸਾਰੇ ਕੀ ਨੇ ਆਪਣੇ ਕੋਲ ਕਾਰਬੋਹਾਈਡਰੇਟਸ ਨੇ ਕਲੀਅਰ ਇਹ ਸਾਰੇ ਆਪਣੇ ਕੋਲ ਕੀ ਨੇ ਕਾਰਬੋਹਾਈਡਰੇਟਸ ਨੇ ਮੇਨਲੀ ਕਾਰਬੋਹਾਈਡਰੇਟਸ ਦਾ ਕੰਮ ਕੀ ਹੁੰਦਾ ਅਗਰ ਮੈਂ ਗੱਲ ਕਰਾਂ ਇਹ ਕੀ ਨੇ ਆਪਾਂ ਨੂੰ એનર્ਜੀ ਗਿਵਿੰਗ ਕਾਰਬੋਹਾਈਡਰੇਟਸ ਕੀ ਹੁੰਦੇ ਨੇ ਊਰਜਾ ਦੇਣ ਵਾਲਾ ਭੋਜਨ ਹੁੰਦਾ ਹੈ एनर्जी गिविंग फूड ਹੁੰਦੇ ਆ। एनर्जी गिविंग ਫੂਡ ਊਰਜਾ ਦੇਣ ਵਾਲਾ ਭੋਜਨ ਹੁੰਦਾ ਆਪਣੇ ਕੋਲ। ਇਸ ਤੋਂ ਇਲਾਵਾ ਇਹ ਚੀਪੈਸਟ ਸੋਰਸ ਵੀ ਹੁੰਦਾ ਸਭ ਤੋਂ ਸਸਤਾ ਸੋਰਸ ਹੁੰਦਾ। ਚੀਪੈਸਟ ਸੋਰਸ ਆਫ એનર્ਜੀ ਕਿੰਨੀ ਕੁ ਕੁਆਂਟੀਟੀ ਹੋਣੀ ਚਾਹੀਦੀ ਹੈ ਮੇਨਲੀ 400 ਤੋਂ 500 ਗ੍ਰਾਮ ਕੁਆਂਟੀਟੀ ਹੋਣੀ ਚਾਹੀਦੀ ਹੈ ਇਸ ਦੀ ਕਲੀਅਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਸ ਨੂੰ ਆਪਾਂ ਗ੍ਰਾਮਾਂ ਦੇ ਵਿੱਚ ਲੈ ਕੇ ਚੱਲਦੇ ਹਾਂ ਹੁਣ ਇਹਦੇ ਸੋਰਸੇਸ ਕੀ ਕੀ ਨੇ ਕਾਰਬੋਹਾਈਡਰੇਟਸ ਦੇ ਮਤਲਬ ਸੋਰਸੇਸ ਕੀ ਕੀ ਨੇ ਕਾਰਬੋਹਾਈਡਰੇਟਸ ਆਪਾਂ ਨੂੰ ਮਿਲਦਾ ਕਿੱਥੋਂ ਕਿੱਥੋਂ ਹੈ ਜਿਵੇਂ wheat wheat ਤੋਂ wheat ਆਪਣੇ ਕੋਲ ਕੀ ਹੋਗੀ ਕਣਕ ਮਤਲਬ ਕਣਕ ਤੋਂ ਮਿਲਦਾ ਹੈ ਆਪਾਂ ਨੂੰ ਕੀ ਕਾਰਬੋਹਾਈਡਰੇਟਸ ਰਾਈਸ ਚਾਵਲ ਪੋਟੈਟੋ ਲਾਰਜ ਅਮਾਉਂਟ ਦੇ ਵਿੱਚ ਉਸਟ ਪ੍ਰੈਜ਼ੈਂਟ ਹੁੰਦਾ ਮੇਜ਼ ਮੱਕਈ ਮੈਂ ਨਾਲ ਨਾਲ ਪੰਜਾਬੀ ਬੋਲੀ ਜਾਣੀ ਆ ਕਲੀਅਰ ਬ੍ਰੈਡ ਇੰਨਾ ਸਭ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ ਕਾਰਬੋਹਾਈਡਰੇਟਸ ਪ੍ਰੈਜ਼ੈਂਟ ਹੁੰਦੇ ਨੇ ਜੋ ਆਪਣੀ ਬੋਡੀ ਨੂੰ ਕੀ ਹੈ ਜ਼ਰੂਰਤ ਨਹੀਂ ਠੀਕ ਹੈ a ਹੀ ਹੋਗੇ ਮਤਲਬ ਇਹਨਾਂ ਦੇ ਫੰਕਸ਼ਨਸ ਲਗਾ ਲਓ ਮੈਂ ਤੁਹਾਨੂੰ ਨਾਲ ਦੱਸਦੇ ਕਿ ਕੀ ਕੀ ਕੰਮ ਕਰਦੇ ਨੇ ਕਿਸ ਤਰੀਕੇ ਨਾਲ ਇਹ ਕਿੱਥੋਂ ਕਿੱਥੋਂ ਮਿਲਦੇ ਨੇ ਠੀਕ ਹੈ ਤਾਂ ਇਹਨਾਂ ਦੀਆਂ ਅਗਰ ਟਾਈਪਸ ਪੁੱਛੀਆਂ ਜਾਣ ਤਾਂ 슈ਗਰਸ ਦੇ ਫਾਰਮ ਚ ਹੁੰਦੇ ਨੇ ਫਾਈਬਰ स्टार्च 슈ਗਰ ਇਹ ਤਿੰਨੇ ਇਹਦੀਆਂ ਟਾਈਪਸ ਹੋ ਜਾਂਦੀਆਂ ਨੇ ਕਲੀਅਰ ਕਿਸ ਦੀਆਂ ਕਾਰਬੋਹਾਈਡਰੇਟਸ ਦੀਆਂ ਆਈ ਹੋਪ ਤੁਹਾਨੂੰ ਕਾਰਬੋਹਾਈਡਰੇਟ ਕਲੀਅਰ ਅਮਾਉਂਟ ਇੰਪੋਰਟੈਂਟ ਹੈ ਕਈ ਵਾਰ ਸਿੱਧਾ ਕੁਐਸਚਨ ਬਣ ਜਾਂਦਾ ਕਿੰਨੀ ਅਮਾਉਂਟ ਦੇ ਵਿੱਚ ਤੁਹਾਨੂੰ ਫੂਡ ਪ੍ਰੋਵਾਈਡ ਕਰਦੇ ਨੇ ਤਾਂ 400 ਤੋਂ 500 ਗ੍ਰਾਮ ਕੀ ਹੈ ਫੂਡ ਪ੍ਰੋਵਾਈਡ ਕੀਤਾ ਜਾਂਦਾ ਤੁਹਾਨੂੰ ਕਲੀਅਰ ਆਈ ਹੋਪ ਤੁਹਾਨੂੰ ਇਹ ਵੀ ਚੀਜ਼ ਕਲੀਅਰ ਹੋ ਚੁੱਕੀ ਹੋਊਗੀ ਕਿ ਕਾਰਬੋਹਾਈਡਰੇਟ ਦੇ ਵਿੱਚ ਮਤਲਬ ਕਿੰਨੀ ਅਮਾਉਂਟ ਹੈ ਕਿ ਪਰਪਸ ਹੈ ਸਾਰਾ ਕੁਝ ਨੈਕਸਟ ਆਪਾਂ ਗੱਲ ਕਰਾਂਗੇ ਸੈਕਿੰਡ ਦੀ ਜੋ ਸੈਕਿੰਡ ਆਪਣੇ ਕੋਲ ਕੀ ਸੀਗਾ प्रोटीन वेट सेकंड अगर आप गल करिए मैक्रो न्यूट्रीएंट अपने को है प्रोटीन तो प्रोटीनस की गल करा प्रोटीनस भी की ने अपने कोल मैक्रो मोलीक्यूल्स ने या मैक्रो न्यूट्रीएंट्स ने x ਤੋਂ ਬੰਦੇ ਨੇ ਮੇਨਲੀ ਅਮੀਨੋ ਐਸਿਡਸ ਤੋਂ ਅਮੀਨੋ ਐਸਿਡਸ ਤੋਂ ਇਹਨਾਂ ਦੀ ਕੀ ਹੁੰਦੀ ਹੈ ਫਾਰਮੇਸ਼ਨ ਹੁੰਦੀ ਹੈ ਕਲੀਅਰ ਮਤਲਬ ਚੇਨਸ ਬਣੀਆਂ ਹੁੰਦੀਆਂ ਨੇ ਇਹਦੇ ਵਿੱਚ ਲੰਬੀਆਂ ਚੇਨਸ ਬਣੀਆਂ ਹੁੰਦੀਆਂ ਨੇ ਕਿਸ ਦੀਆਂ ਅਮੀਨੋ ਐਸਿਡਸ ਦੀਆਂ ਕਲੀਅਰ ਜਿਵੇਂ ਹੁਣ ਅਗਰ ਆਪਾਂ ਗੱਲ ਕਰੀਏ ਕਿਹੜੇ ਆਰਗਨਿਜ਼ਮ ਕਿੱਥੇ ਮਤਲਬ ਮੇਨਲੀ ਕੰਮ ਜਿਵੇਂ ਡੀਐਨਏ ਦੇ ਵਿੱਚ ਇਹ ਕੰਮ ਕਰਦਾ ਹੈ ਯਾ ਸਟਰਕਚਰਸ ਦੇਣੀ ਹੋਵੇ ਸੈਲਸ ਨੂੰ ਸੈਲਸ ਨੂੰ ਸਟਰਕਚਰਸ ਦੇਣੀ ਹੋਵੇ ਯਾ ਕੋਈ ਵੀ ਮੋਲੀਕਿਊਲ ਨੂੰ ਟ੍ਰਾਂਸਪੋਰਟ ਕਰਨਾ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਕੋਈ ਵੀ ਮੋਲੀਕਿਊਲ ਲੈ ਕੇ ਜਾਣਾ ਉਸ ਦੇ ਲਈ ਵੀ ਕਿਸ ਦਾ ਰੋਲ ਹੁੰਦਾ ਆਪਣੇ ਕੋਲ ਪ੍ਰੋਟੀਨਸ ਦਾ ਕਲੀਅਰ ਤਾਂ ਇਹ ਮੇਨਲੀ ਕੰਮ ਕਿਸ ਦਾ ਹੁੰਦਾ ਪ੍ਰੋਟੀਨਸ ਦਾ ਹੋਰ ਕੀ ਕਰ ਹੋਰ ਕੀ ਕੰਮ ਕਰਦਾ ਬੋਡੀ ਬਿਲਡਿੰਗ ਫੂਡ ਹੈ ਆਪਣੇ ਕੋਲ ਇਹ ਕੁਐਸਚਨ ਬੰਦੇ ਨੇ ਛੋਟੇ ਛੋਟੇ ਜੋ ਮੈਂ ਪੁਆਇੰਟ ਕਰਵਾ ਰਹੀ ਹਾਂ ਬੋਡੀ ਬਿਲਡਿੰਗ ਫੂਡ ਇਹ ਹੋਰ ਕੀ ਹੈਲਪ ਕਰਦਾ ਹੈ ਟਿਸ਼ੂਜ਼ ਨੂੰ ਯਾ ਸੈਲ ਨੂੰ ਰਿਪੇਅਰ ਕਰਨ ਲਈ ਹੁਣ ਇਹਦੀ ਕੁਆਂਟੀਟੀ ਵੀ ਇੰਪੋਰਟੈਂਟ ਹੈ ਇਹ ਮੇਨਲੀ 50 5 ਦੇ ਨੀਅਰ ਯਾ 56 ਗ੍ਰਾਮ ਦੇ ਨੀਅਰ ਆਪਣੇ ਕੋਲ ਇਸ ਦੀ ਕੁਆਂਟੀਟੀ ਹੋਣੀ ਚਾਹੀਦੀ ਹੈ ਕਿਹਦੇ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦਾ ਮਤਲਬ ਇਸ ਦੇ ਸੋਰਸਸ ਕੀ ਕੀ ਨੇ ਜਿਵੇਂ ਐگز ਚਿਕਨ ਕਲੀਅਰ ਤੇ ਮਿਲਕ ਜਾਂ ਬਟਰ ਘੀ ਜੀਸ ਇਹ ਸਾਰੇ ਕਿਹਦੇ एग्जांपल ਆ ਗੀਆਂ ਪ੍ਰੋਟੀਨਸ ਦੀਆਂ ਮਤਲਬ ਪ੍ਰੋਟੀਨ ਆਪਾਂ ਨੂੰ ਇੰਨਾ ਤੋਂ ਮਿਲਦਾ ਮੇਨਲੀ ਦਾ ਸਟਰਕਚਰਲ سپورਟ ਦੇਣਾ ਬਿਲਡਿੰਗ ਬਲॉक्स ਬਣਾਉਣਾ ਇਹ ਸਭ ਦਾ ਕੰਮ ਕਿਸ ਦਾ ਹੁੰਦਾ ਆਪਣੇ ਕੋਲ ਪ੍ਰੋਟੀਨਸ ਦਾ ਇਹ ਮੇਨ ਕੰਮ ਹੁੰਦਾ ਠੀਕ ਹੈ ਜੀ ਤਾਂ ਇਹ ਚੀਜ਼ਾਂ ਨੂੰ ਤੁਹਾਨੂੰ ਬੋਡੀ ਬਿਲਡਿੰਗ ਪੁੱਛ ਸਕਦੇ ਆ ਕੌਣ ਕਰਦਾ ਤਾਂ ਆਪਣੇ ਕੋਲ ਪ੍ਰੋਟੀਨਸ ਕਰਦਾ ਮੇਨਟੇਨ ਕਰਕੇ ਰੱਖਦਾ ਹੈ ਪੀ ਐਚ ਨੂੰ ਬੋਡੀ ਦੇ ਪੀ ਐਚ ਨੂੰ ਮੇਨਟੇਨ ਕਰਕੇ ਰੱਖਦਾ ਹੈ ਇਹ ਨਿਊਟ੍ਰੀਐਂਟਸ ਨੂੰ ਟ੍ਰਾਂਸਪੋਰਟ ਕਰਦਾ ਹਾਂ ਮੈਂ ਲਿਖਦਾ ਤੁਹਾਨੂੰ ਠੀਕ ਹੈ ਤੇ 80 ਜੋ ਤੁਸੀਂ ਸਾਰਿਆਂ ਧਿਆਨ ਦੇ ਵਿੱਚ ਰੱਖਣੀਆਂ ਨੇ। ਕਲੀਅਰ ਨੈਕਸਟ ਹੁਣ ਆਪਾਂ ਗੱਲ ਕਰਾਂਗੇ ਅਗਰ ਪ੍ਰੋਟੀਨ ਦਾ ਟੈਸਟ ਕਰਨਾ ਹੈ। ਇਹ ਤਾਂ ਆਪਾਂ ਪ੍ਰੋਟੀਨ ਬਾਰੇ ਪੜਿਆ ਸੀ ਅਗਰ ਤੁਹਾਨੂੰ ਆਜੇ ਕਿ ਪ੍ਰੋਟੀਨ ਦਾ ਟੈਸਟ ਕਿੱਦਾਂ ਕੀਤਾ ਜਾਂਦਾ ਹੈ ਕਿੱਦਾਂ ਪਤਾ ਚੱਲਦਾ ਹੈ ਕਿ ਇਸਟ ਪ੍ਰੋਟੀਨ ਪ੍ਰੈਜ਼ੈਂਟ ਹੈ ਜਾਂ ਨਹੀਂ ਹੈ। ਤਾਂ ਤੁਸੀਂ ਕੀ ਕਰੋਗੇ ਇੱਕ ਪਾਊਡਰ ਫੂਡ ਲੈ ਲੋਗੇ। ਮਤਲਬ ਪਾਊਡਰ ਫਾਰਮ ਦੇ ਵਿੱਚ ਖਾਣਾ ਲੈ ਲੋਗੇ। ਇਕ ਕੁਝ ਵੀ ਹੋ ਸਕਦਾ ਜਿਹਦੇ ਵਿੱਚ ਪ੍ਰੋਟੀਨ ਪ੍ਰੈਜ਼ੈਂਟ ਹੁੰਦਾ ਹੈ ਮਤਲਬ ਕੋਈ ਵੀ ਚੀਜ਼ ਲੈ ਲਈ ਤੁਸੀਂ ਉਹਦੇ ਵਿੱਚ ਤੁਸੀਂ ਕੀ ਕਰੋਗੇ ਕੁਝ ਡ੍ਰੌਪਸ ਪਹਿਲਾਂ ਪਾਣੀ ਦੀਆ ਪਾਵੋਗੇ ਜਿਵੇਂ 10 ਡ੍ਰੌਪਸ ਤੁਸੀਂ ਕੀ ਪਾਤੀਆਂ 10 ਟੁੱਕੇ ਤੁਸੀਂ ਕਾਦੇ ਪਾਤੇ ਪਾਣੀ ਦੇ ਪਾਤੇ ਵਾਟਰ ਦੇ ਪਾਤੇ ਫਿਰ 2 ਤੋਂ 3 ਡ੍ਰੌਪਸ ਕਾਦੇ ਪਾ ਦੋਗੇ ਕਾਪਰ ਸਲਫੇਟ ਦੇ ਕਲੀਅਰ ਕੀ ਪਾਉਗੇ ਮੈਂ ਪੂਰਾ ਪੂਰਾ ਲਿਖ ਰਹੀ ਹਾਂ ਕਾਪਰ ਸਲਫੇਟ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ ਜਾਓ ਇਸ ਸੋਲੂਸ਼ਨ ਦੇ ਪਾਉਂਗੇ। ਉੱਪਰ ਸਲਫੇਟ ਸੋਲੂਸ਼ਨ ਪਾ ਕੇ ਦੋ ਦੋ ਤਿੰਨ ਡ੍ਰੌਪਸ ਉਸ ਤੋਂ ਬਾਅਦ ਤੁਸੀਂ 10 ਡ੍ਰੌਪਸ ਕਾਦੇ ਪਾ ਦੋਗੇ NaOH ਦੇ। 10 ਡ੍ਰੌਪਸ ਕਾਦੇ ਪਾ ਦੋਗੇ NaOH ਮਤਲਬ ਸੋਡੀਅਮ ਹਾਈਡਰੋਕਸਾਈਡ NaOH ਦੇ। ਜਦੋਂ ਤੁਸੀਂ 10 ਡ੍ਰੌਪਸ ਇਹਦੇ ਪਾ ਦੋਗੇ ਤਾਂ ਜੇ ਅਗਰ ਤਾਂ ਉਸ ਦਾ ਕਲਰ ਕੀ ਆ ਜਾਂਦਾ ਵਾਇਲਟ ਕੀ ਆ ਜਾਂਦਾ ਵਾਇਲਟ ਕਲਰ ਆ ਜਾਂਦਾ ਮਤਲਬ ਬੈਂਗਣੀ ਕਲਰ ਸ਼ੋ ਕਰਦਾ ਤਾਂ ਇਹਦਾ ਮਤਲਬ ਉਹਦੇ ਵਿੱਚ ਕੀ ਪ੍ਰੈਜ਼ੈਂਟ ਹੈ ਪ੍ਰੋਟੀਨ ਪ੍ਰੈਜ਼ੈਂਟ ਹੈ ਠੀਕ ਹੈ ਅਗਰ ਇਹ ਕਲਰ ਸ਼ੋ ਨਹੀਂ ਕਰਦਾ ਤਾਂ ਇਹਦਾ ਮਤਲਬ ਪ੍ਰੋਟੀਨ ਪ੍ਰੈਜ਼ੈਂਟ ਨਹੀਂ ਹੈਗਾ ਕਲੀਅਰ ਹੋਇਆ ਨੈਕਸਟ ਆਪਾਂ ਗੱਲ ਕਰਾਂਗੇ ਫੈਟਸ ਦੀ ਅਚ ਜਿੰਨੇ ਟਾਈਮ ਬਾਅਦ ਵੀਡੀਓ ਫੈਟਸ ਦੇ ਕੋਨ ਫੈਟਸ ਕੀ ਨੇ ਇਹ ਵੀ ਕੀ ਹੈ ਇੱਕ ਆਪਾਂ ਗੱਲ ਕੀਤੀ ਸੀ ਮੈਕਰੋ ਸੋਰੀ ਫੈਟਸ ਕੀ ਨੇ ਆਪਣੇ ਕੋਲ ਮੈਕਰੋ ਨਿਊਟਰੀਐਂਟਸ ਕਲੀਅਰ ਇਸ ਤੋਂ ਬਾਅਦ ਆਪਾਂ ਕੀ ਗੱਲ ਕਰ ਰਹੇ ਆ ਦੇਖੋ ਅਗਰ ਆਪਾਂ ਗੱਲ ਕਰੀਏ ਫੈਟ ਦੇ ਵਿੱਚ ਕੀ ਹੁੰਦੇ ਨੇ ਫੈਟੀ ਐਸਿਡਸ ਹੁੰਦੇ ਨੇ ਕੀ ਪ੍ਰੈਜ਼ੈਂਟ ਹੁੰਦੇ ਨੇ ਫੈਟੀ ਐਸਿਡਸ ਮਤਲਬ ਇਦਾਂ ਦੇ ਮਿਕਸਚਰ ਹੁੰਦਾ ਕੰਪਾਊਂਡ ਦਾ ਜਿਹਦੇ ਵਿੱਚ ਕੀ ਹੈ ਫੈਟੀ ਐਸਿਡਸ ਪ੍ਰੈਜ਼ੈਂਟ ਹੁੰਦੇ ਨੇ ਅਗਰ ਆਪਾਂ ਗੱਲ ਕਰੀਏ ਠੀਕ ਹੈ ਜੀ ਮਤਲਬ ਕਾਫੀ ਸਾਰੇ ਓਇਲ ਵਗੈਰਾ ਆ ਗਏ ਜਾਂ ਫੈਟੀ ਟਿਸ਼ੂਸ ਆ ਗਏ ਐਨੀਮਲਸ ਦੇ ਉਹ ਕਿਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਫੈਟਸ ਦੇ ਵਿੱਚ ਕੀ ਐ ਪ੍ਰੈਜ਼ੈਂਟ ਹੁੰਦੇ ਨੇ ਕਲੀਅਰ ਮੇਨਲੀ ਅਗਰ ਆਪਾਂ ਗੱਲ ਕਰੀਏ ਇੱਕ ਮੈਕਰੋਨਿਊਟਰੀਐਂਟ ਹੈ ਹਿਊਮਨ ਡਾਈਟ ਦੇ ਵਿੱਚ ਕਿਦੇ ਕਿਦੇ ਅਗਰ ਆਪਾਂ ਗੱਲ ਕਰੀਏ ਦੇ ਮੇਨ ਕੰਪੋਨੈਂਟ ਕਿਦਾਂ ਦੇ ਆ ਜਾਂਦੇ ਨੇ ਫੈਟਸ ਜਿਵੇਂ ਮਿਲਕ ਹੋ ਗਿਆ ਬਟਰ cooking oils ਇਹ ਫੂਡ એનર્ਜੀ ਦਾ ਮਤਲਬ ਇੱਕ ਡੈਂਸ ਸੋਰਸ ਹੈ ਬਹੁਤ ਵੱਡਾ ਸੋਰਸ ਹੈ ਜਿਹਦਾ ਜੋ ਇੱਕ ਸਟਰਕਚਰਲ ਜਾਂ ਆਪਾਂ ਕਹੀਏ ਮੈਟਾਬੋਲਿਕ ਜਿੰਨੇ ਕੀ ਵੀ ਫੰਕਸ਼ਨ ਨੇ ਲਿਵਿੰਗ ਆਰਗੇਨਿਜ਼ਮਸ ਦੇ ਲਿਵਿੰਗ ਬੀਇੰਗਸ ਦੇ ਉਹ ਕਰਨ ਦੇ ਵਿੱਚ ਹੈਲਪ ਕਰਦਾ ਹੈ ਕਲੀਅਰ ਮਤਲਬ ਇਹ ਵੀ ਇੱਕ એનર્ਜੀ ਗਿਵਿੰਗ ਫੂਡ ਹੈ ਆਪਾਂ ਨੂੰ ਕੀ ਪ੍ਰੋਵਾਈਡ ਕਰਦਾ ਹੈ ਇਹ એનર્ਜੀ ਪ੍ਰੋਵਾਈਡ ਕਰਦਾ ਹੈ ਊਰਜਾ ਦੇਣ ਵਾਲਾ ਭੋਜਨ ਹੈ ਇਹਨੂੰ ਇਨਸੂਲੇਟਰ ਵੀ ਕਿਹਾ ਜਾਂਦਾ ਹੈ ਵਿੰਟਰਸ ਦਾ ਇਨਸੂਲੇਟਰ ਇਨਸੂਲੇਟਰ ਕੀ ਹੁੰਦਾ ਹੈ ਜੋ ਮਤਲਬ ਠੰਡ ਤੋਂ ਅਗਰ ਆਪਾਂ ਗੱਲ ਕਰੀਏ ਅ ਬਚਾਨ ਦਾ ਠੰਡ ਦੇ ਵਿੱਚ ਇਨਸੂਲੇਟਰ ਦਾ ਕੰਮ ਕਰਦਾ ਹੈ ਕੋਲਡ ਵੈਦਰ ਦੇ ਵਿੱਚ ਕੋਨ ਫੈਟ ਪਾਣੀ ਦੇ ਵਿੱਚ ਘੁਲਣਸ਼ੀਲ ਨਹੀਂ ਹੁਣ ਘੁਲਣਸ਼ੀਲ ਹੁੰਦੇ ਆ ਵਾਟਰ ਇਨਸੋਲੂਬਲ ਹੁੰਦੇ ਆ ਠੀਕ ਹੈ ਇਹਦੀ ਕੁਆਂਟੀਟੀ ਕਿੰਨੀ ਹੋਣੀ ਚਾਹੀਦੀ ਹੈ 97 ਗ੍ਰਾਮਸ ਹੋਣੀ ਚਾਹੀਦੀ ਹੈ ਇਹਦੇ ਸੋਰਸ ਮੈਂ ਤੁਹਾਨੂੰ ਦੱਸਦੇ ਮਿਲਕ ਬਟਰ ਕੁਕਿੰਗ ਔਇਲ ਹੁਣ ਅਗਰ ਆਪਾਂ ਗੱਲ ਕਰੀਏ ਇਹਦਾ ਫੈਟਸ ਦੇ ਬਾਰੇ ਆਪਾਂ ਨੂੰ ਕਿੱਦਾਂ ਪਤਾ ਲੱਗਦਾ ਹੈ ਮਤਲਬ ਕਿਵੇਂ ਆਪਾਂ ਇਹਨੂੰ ਪਤਾ ਲਗਾਇਆ ਜਾ ਸਕਦੇ ਆ ਕਿਸ ਤਰੀਕੇ ਨਾਲ ਕਿਵੇਂ ਇੱਕ ਆਪਾਂ ਮਤਲਬ ਪੈਚੀਜ਼ ਦੇ ਥਰੂ ਮਤਲਬ ਅਗਰ ਇਹਦੇ ਪੈਚ ਪੈ ਜਾਣ ਕਿਸੇ ਵੀ ਚੀਜ਼ ਦੇ ਉਸ ਤਰੀਕੇ ਨਾਲ ਆਪਾਂ ਕੀ ਹੈ ਪਤਾ ਲਗਾ ਸਕਦੇ ਹਾਂ ਕਿ ਇਹ ਇਹ ਆਪਣੇ ਕੋਲ ਫੈਟ ਹੈ ਜਾਂ ਨਹੀਂ ਹੈ ਜਿਵੇਂ ਔਇਲ ਦੇ ਆਪਣੇ ਕੋਲ ਪੈਚੀਜ਼ ਪੈ ਜਾਂਦੇ ਐ ਜਿਵੇਂ ਹੁਣ ਅਗਰ ਆਪਾਂ ਗੱਲ ਕਰੀਏ ਕੋਈ ਵੀ ਫੂਡ ਲੈ ਲਓ ਫੈਟ ਦਾ ਜਿਵੇਂ ਕੋਈ ਵੀ ਚੀਜ਼ ਬਣੀ ਹੋਵੇ ਜਿਹਦੇ ਵਿੱਚ ਬਟਰ ਜਾਂ ਔਇਲ ਪ੍ਰੈਜ਼ੈਂਟ ਹੋਵੇ ਠੀਕ ਹੈ ਤਾਂ ਉਹਨੂੰ ਕੀ ਕਰੋ ਉਹਨੂੰ ਫੋਲਡ ਕਰ ਲਓ ਫਿਲਟਰ ਪੇਪਰ ਦੇ ਵਿੱਚ ਫਿਲਟਰ ਪੇਪਰ ਦੇ ਵਿੱਚ ਫੋਲਡ ਕਰ ਲਓ ਤੇ ਉਹਨੂੰ ਹਲਕਾ ਹਲਕਾ ਰੱਬ ਕਰੋ ਮਤਲਬ ਰਗੜੋ ਰੱਬ ਦਾ ਮਤਲਬ ਰਗੜੋ ਰਗੜਨਾ ਜਦੋਂ ਤੁਸੀਂ ਉਹਨੂੰ ਰੱਬ ਕਰੋਗੇ ਤਾਂ ਤੁਹਾਨੂੰ ਇੱਕ ਸਪੋਟ ਜਾਂ ਦਾਗ ਦਿਖਣਾ ਸ਼ੁਰੂ ਹੋ ਜਾਊਗਾ ਜਿਹਦੇ ਤੋਂ ਆਪਾਂ ਨੂੰ ਕੀ ਕਨਫਰਮ ਹੋਊਗਾ ਕਿ ਇਹਦੇ ਵਿੱਚ ਫੈਟ ਪ੍ਰੈਜ਼ੈਂਟ ਹੈ ਜਿਵੇਂ ਤੇਲ ਦਾ ਨਹੀਂ ਲੱਗ ਜਾਂਦਾ ਜਦੋਂ ਆਪਾਂ ਕਈ ਵਾਰ ਪਕੌੜੇ ਬਣਾ ਲਈਦੇ ਐ ਜਾਂ ਕੋਈ ਵੀ ਚੀਜ਼ ਜਦੋਂ ਤਲ ਲਈਦੀ ਹੈ ਤਾਂ ਉਹਨੂੰ ਆਪਾਂ ਇੱਕ ਟਿਸ਼ੂ ਪੇਪਰ ਜਾਂ ਫਿਲਟਰ ਪੇਪਰ ਦੇ ਵਿੱਚ ਜਦੋਂ ਆਪਾਂ ਰੱਖਦੇ ਆਂ ਠੀਕ ਹੈ ਤਾਂ ਉਹਦੇ ਦਾਗ ਪੈ ਨੇ ੱੱਬੇ ਪੈ ਜਾਂਦੇ ਤਾਂ ਉਹਦੇ ਤੋਂ ਆਪਾਂ ਨੂੰ ਕੀ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਫੈਟ ਕੀ ਹੈ ਪ੍ਰੈਜ਼ੈਂਟ ਹੈ ਠੀਕ ਹੈ ਜੀ ਕਲੀਅਰ ਹੋਇਆ ਨੈਕਸਟ ਆਪਾਂ ਗੱਲ ਕਰਾਂਗੇ ਦੇਖੋ ਵਿਟਾਮਿਨਸ ਦੀ ਇਹੀ ਇੰਪੋਰਟੈਂਟ ਹੈ ਆਪਾਂ ਗੱਲ ਕਰਾਂਗੇ ਕਿਸ ਦੀ ਵਿਟਾਮਿਨਸ ਦੀ ਹੁਣ ਜਿਹੜੇ ਵਿਟਾਮਿਨ ਹੁੰਦੇ ਐ ਇਹਨਾਂ ਦੀ ਗੱਲ ਕਰਦੇ ਇੱਕ ਮਤਲਬ ਵਿਟਾਮਿਨ ਦੇ ਤੁਹਾਨੂੰ ਪਤਾ ਹੈ ਵਿਟਾਮਿਨਸ ਮੈਂ ਇੱਥੇ ਨਾਲ ਨਾਲ ਸਮਝਾਨੀਆਂ ਚਾਰਟ ਤੁਸੀਂ ਫੇਰ ਦੇਖਿਓ ਜਾਂ ਮੈਂ ਪਹਿਲਾਂ ਤੁਹਾਨੂੰ ਸਮਝਾਨੀਆਂ ਦੇਖੋ ਵਿਟਾਮਿਨਸ ਦੇਖੋ ਵਿਟਾਮਿਨ ਦਾ ਮੇਨ ਕੰਮ ਕੀ ਹੈ ਆਪਾਂ ਨੂੰ ਬਚਾਉਣਾ ਪ੍ਰੋਟੈਕਟ ਕਰਨਾ ਕੋਈ ਵੀ ਡਿਸੀਜ਼ਸ ਤੋਂ ਜਾਂ ਕੋਈ ਵੀ ਬਿਮਾਰੀ ਤੋਂ ਬਚਾਣਾ ਦੇਖੋ ਆਪਣੀਆਂ ਅੱਖਾਂ ਆਈਜ਼ ਬੋਨਸ ਹੱਡੀਆਂ ਦੰਦ ਟੀਥ ਗਮਸ ਜਬਾੜਾ ਕਹਿ ਦਿੰਨੇ ਆਪਾਂ ਮਸੂੜੇ ਇਹਨਾਂ ਨੂੰ ਹੈਲਦੀ ਰੱਖਣ ਦੇ ਵਿੱਚ ਕਿੰਨਾ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਵਿਟਾਮਿਨਸ ਦੀ ਇਹ ਪਰ ਹੁੰਦੇ ਕਿਨੇ ਮਾਈਕਰੋਨਿਊਟ੍ਰੀਐਂਟਸ ਕੀ ਹੁੰਦੇ ਨੇ ਮਾਈਕਰੋ ਨਿਊਟ੍ਰੀਐਂਟਸ ਮੈਂ ਤੁਹਾਨੂੰ ਇੰਨਾ ਬਾਰੇ ਹਲਕੀ ਹਲਕੀ ਮਤਲਬ ਜਾਣਕਾਰੀ ਦੇ ਰਹੀ ਹਾਂ ਤਾਂ ਆਪਾਂ ਨੂੰ ਇਹ ਲਿਮਿਟਡ ਕੁਆਂਟੀਟੀ ਦੇ ਵਿੱਚ ਚਾਹੀਦੇ ਨੇ ਐਵੇਂ ਨਹੀਂ ਹੈਗਾ ਜ਼ਿਆਦਾ ਲਿਮਿਟਡ ਕੁਆਂਟੀਟੀ ਦੇ ਵਿੱਚ ਚਾਹੀਦੇ ਨੇ ਜ਼ਿਆਦਾ ਅਮਾਊਂਟ ਦੇ ਵਿੱਚ ਨਹੀਂ ਚਾਹੀਦੇ ਕਲੀਅਰ ਹੈ ਜੀ ਹੁਣ ਦੇਖੋ ਅਗਰ ਮੈਂ ਇਹਨਾਂ ਦੀ ਗੱਲ ਕਰਾਂ ਵਿਟਾਮਿਨਸ ਦੀ ਤਾਂ ਇਹ ਦੋ ਮੇਨ ਅਗਰ ਗੱਲ ਕਰੀਏ ਦੋ ਕੈਟਾਗਰੀਜ਼ ਦੇ ਵਿੱਚ ਆ ਜਾਂਦੇ ਆ ਇੱਕ ਹੁੰਦੇ ਐ ਫੈਟ ਸੋਲੂਬਲ ਵਿਟਾਮਿਨ ਇੱਕ ਹੁੰਦੇ ਨੇ ਵਾਟਰ ਸੋਲੂਬਲ ਵਿਟਾਮਿਨ ਵਿਟਾਮਿਨ ਦੀਆਂ ਦੋ ਆਪਣੇ ਕੋਲ ਕੀ ਆ ਜਾਂਦੀਆਂ ਨੇ ਟਾਈਪਸ ਪਹਿਲਾ ਵਿਟਾਮਿਨਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਮੈਂ ਉਹ ਲਿਖਦਾ A B C ਵਿਟਾਮਿਨ A ਵਿਟਾਮਿਨ B ਵਿਟਾਮਿਨ C ਵਿਟਾਮਿਨ D ਵਿਟਾਮਿਨ E ਵਿਟਾਮਿਨ K ਇਹਨਾਂ ਦੇ ਵਿੱਚੋਂ ਅਗਰ ਮੈਂ ਗੱਲ ਕਰਾਂ ਵਿਟਾਮਿਨ A ਵਿਟਾਮਿਨ D ਵਿਟਾਮਿਨ E ਤੇ ਵਿਟਾਮਿਨ K ਮਤਲਬ ਇਹਨਾਂ ਦੀ ਅਗਰ ਗੱਲ ਕੀਤੀ ਜਾਵੇ ਆ ਚਾਰ ਵਿਟਾਮਿਨਸ ਦੀ ਇਫ ਫੈਟ ਸੋਲੂਬਲ ਨੇ ਮਤਲਬ ਚਰਬੀ ਨੂੰ ਕੁਲਨਸ਼ੀਲ ਵਾਲੇ ਵਿਟਾਮਿਨ ਨੇ ਇਹ ਤੇ ਜੇ ਵਿਟਾਮਿਨ ਮੈ B ਤੇ ਵਿਟਾਮਿਨ C ਦੀ ਗੱਲ ਕਰਾਂ ਤਾਂ ਇਹ ਵਾਟਰ ਸੋਲੂਬਲ ਨੇ ਠੀਕ ਹੈ ਜੀ ਇਹ ਕਿਨੇ ਪਾਣੀ ਚ ਘੁਲਣਸ਼ੀਲ ਵਾਲੇ ਪਾਣੀ ਵਿੱਚ ਘੁਲਣਸ਼ੀਲ ਵਾਲੇ ਇਹ ਚਰਬੀ ਵਿੱਚ ਘੁਲਣਸ਼ੀਲ ਵਾਲੇ ਇਹਨੂੰ ਯਾਦ ਕਿੱਦਾਂ ਕਰਨਾ ਹੈ ਕੀੜਾ ਵਿਟਾਮਿਨ ਕੇ ਵਿਟਾਮਿਨ ਈ ਵਿਟਾਮਿਨ ਡੀ ਵਿਟਾਮਿਨ ਏ ਇਹ ਫੈਟ ਸੋਲੂਬਲ ਨੇ ਔਰ ਜੋ ਵਿਟਾਮਿਨ ਆਪਣੇ ਕੋਲ ਬੀ ਤੇ ਸੀ ਨੇ ਇਹ ਵਾਟਰ ਸੋਲੂਬਲ ਨੇ ਆਪਣੀ ਹੈਲਥ ਬਣਾਉਣ ਦੇ ਲਈ ਡਿਸੀਜ਼ਿਸ ਤੋਂ ਬਚਾਉਣ ਦੇ ਲਈ ਆਪਾਂ ਨੂੰ ਇਹ ਹੈਲਪ ਕਰਦੇ ਆں ਕਲੀਅਰ ਹੋਇਆ ਜੀ ਹੁਣ ਆਪਾਂ ਇਹਨਾਂ ਦੇ ਨਾਮ ਜੋ ਇੰਪੋਰਟੈਂਟ ਨੇ ਇਆ ਅਗਰ ਆਪਾਂ ਗੱਲ ਕਰ ਲਈਏ ਇਹਨਾਂ ਦੀ ਟਾਈਪ ਮਤਲਬ ਕਿੱਥੇ-ਕਿੱਥੇ ਇਹਦੇ ਲੱਛਣ ਕੀ ਨੇ ਕਿੱਥੇ-ਕਿੱਥੇ ਆਪਾਂ ਨੂੰ ਇਹਦੀ ਜ਼ਰੂਰਤ ਪੈਂਦੀ ਹੈ ਉਹ ਚੀਜ਼ਾਂ ਬਾਰੇ ਆਪਾਂ ਦੇਖਾਂਗੇ ਚਾਰਟ ਦੇ ਥਰੂ ਠੀਕ ਹੈ ਜੀ ਚਲੋ ਵਿਟਾਮਿਨਸ ਦੇ ਬਾਰੇ ਅਗਰ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਵਿਟਾਮਿਨ A ਦੀ ਗੱਲ ਕਰਾਂਗੇ ਵਿਟਾਮਿਨ A ਦੀ ਅਗਰ ਮੈਂ ਗੱਲ ਕਰਾਂ ਇਹੇ ਆਪਾਂ ਨੂੰ ਇਹਦਾ ਨੇਮ ਕੀ ਹੈ ਰੈਟੀਨੋਲ ਏ ਇੰਪੋਰਟੈਂਟ ਦੇਖੋ ਵਿਟਾਮਿਨਸ ਦੇ ਨੇਮ ਮੋਸਟ ਇੰਪੋਰਟੈਂਟ ਮੋਸਟਲੀ ਕੁਸ਼ਨ ਬਣ ਜਾਂਦਾ ਹੈ ਤਾਂ ਤੁਸੀਂ ਸਕਿੱਪ ਨਹੀਂ ਕਰੋਗੇ ਜ਼ਿਆਦਾਤਰ ਵਿਟਾਮਿਨ ਬੀ ਦੇ ਨੇਮਸ ਬੰਦੇ ਆ ਤੁਸੀਂ ਇਸ ਤੇ ਧਿਆਨ ਰੱਖੋਗੇ ਵਿਟਾਮਿਨ ਬੀ ਦੇ ਵੀ ਫਰਸਟ 3 ਇੰਪੋਰਟੈਂਟ ਹੈ ਬਾਕੀ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਜਾਂ ਮੈਂ ਤੁਹਾਨੂੰ ਦੱਸ ਦੂੰਗੀ ਕਿ ਕਿਹੜੇ ਕਿਹੜੇ ਕਰਨੇ ਆ ਕਲੀਅਰ ਜਿਵੇਂ ਵਿਟਾਮਿਨ ਏ ਦਾ ਕੀ ਨੇਮ ਹੈ ਰੈਟੀਨੋਲ ਇਹਦਾ ਮੇਨ ਕੰਮ ਕੀ ਹੁੰਦਾ ਹੈ ਦਿਖਾਣਾ ਵਿਜ਼ਨ ਲਈ ਆਪਾਂ ਨੂੰ ਦੇਖਣ ਚ ਹੈਲਪ ਕਰਨਾ ਸਕਿਨ ਦੀ ਪ੍ਰੋਟੈਕਸ਼ਨ ਆਪਣੇ ਟੀਥ ਦੀ ਪ੍ਰੋਟੈਕਸ਼ਨ ਕਰਨ ਦੇ ਵਿੱਚ ਕੀ ਹੈ ਇਹ ਕੰਮ ਕਰਦਾ ਹੈ yağ masks ਤੇ ਇੰਨਾ ਦੀ ਪ੍ਰੋਟੈਕਸ਼ਨ ਹੁਣ ਇਹ ਆਪਾਨੂੰ ਮਿਲਦੇ ਕਿੱਥੋਂ ਹੈ ਵਿਟਾਮਿਨ ਏ ਮਿਲਦਾ ਆਪਾਂ ਨੂੰ ਮਿਲਕ ਤੋਂ ਮਿਲਕ ਇੱਥੇ ਲਿਖ ਲਓ ਜੇ ਨਹੀਂ ਹੈਗਾ ਐਗ ਤੋਂ fish ਗ੍ਰੀਨ ਵੈਜੀਟੇਬਲਸ ਲੀਵਰ ਕੌਡ ਲੀਵਰ ਆਇਲ ਡੈਰੀ ਪ੍ਰੋਡਕਟਸ ਤੇ ਮੈਂਸ਼ਨ ਹੈ ਮਿਲਕ ਆ ਗਿਆ ਕਲੀਅਰ ਇਹ ਪੇਪਰ ਟਮੇਟੋਸ ਕੈਰਟ ਰੈੱਡ ਸਬ ਪਾਇਰ ਰੈੱਡ ਪੇਪਰ ਕਲੀਅਰ ਨੈਕਸਟ ਆਪਾਂ ਗੱਲ ਕਰਾਂਗੇ ਵਿਟਾਮਿਨ B1 ਜਿਸ ਨੂੰ ਕੀ ਕਿਹਾ ਜਾਂਦਾ ਥਾਇਆਮਾਈਨ ਧਿਆਨ ਚ ਰੱਖਣਾ ਮੇਨਲੀ ਇਹ ਕਾਰਬੋਹਾਈਡਰੇਟ ਨੂੰ ਰੈਗੂਲੇਟ ਕਰਕੇ ਰੱਖਦਾ ਹੈ ਮੈਟਾਬੋਲਿਜ਼ਮ ਨੂੰ ਕਿੱਥੋਂ ਕਿੱਥੋਂ ਮਿਲਦਾ ਇਹਦੇ ਸੋਰਸਸ ਵੀ ਇੰਪੋਰਟੈਂਟ ਨੇ ਜਿਵੇਂ ਹੀ ਨਾਮ ਇੰਪੋਰਟੈਂਟ ਨੇ ਓਦਾਂ ਹੀ ਆਪਣੇ ਕੋਲ ਸੋਰਸ ਇੰਪੋਰਟੈਂਟ ਨੇ ਕਲੀਅਰ ਤਾਂ ਕਿੱਥੋਂ ਮਿਲਦਾ ਆਪਣੇ ਕੋਲ ਯੀਸਟ ਤੋਂ ਨਟਸ ਬੈਰੀਜ ਪਲਸਸ ਸਨਫਲਾਰ ਸੀਡਸ ਫਿਸ਼ ਲੀਵਰ ਔਰੇਂਜ ਐਗ ਸਾਰਾ ਕੁਝ ਆ ਜੂ ਈਸਟ ਵਿਟਾਮਿਨ ਅਗਰ ਮੈਂ ਗੱਲ ਕਰਾਂ ਇਸ ਤੋਂ ਬਾਅਦ ਮੈਂ ਇੰਪੋਰਟੈਂਟ ਕਰਾਉਂਗੀ ਵਿਟਾਮਿਨ B3 ਇਹਨੂੰ ਨਾਈਕਿਨ ਕਹਿੰਦੇ ਨੇਮ ਯਾਦ ਰੱਖਣਾ ਇਹ ਮਤਲਬ ਕੰਪਾਰਟਮੈਂਟ ਆਫ ਕੋ ਇਨਜ਼ਾਈਮਸ ਦੀ ਜਾਂ ਐਸਿਡਸ ਟਰਾਂਸਫਰ ਕਰਨੇ ਔਰ ਮੈਟਾਬੋਲਿਜ਼ਮ ਦੀ ਉਹਦੇ ਲਈ ਤਾਂ ਇਹਦੇ ਸੋਰਸ ਕੀ ਕੀ ਨੇ ਜਿਵੇਂ ਸੀਰੀਅਲਸ ਹੋ ਗਏ ਕਾਫੀ लीवर मीट पोटैटोज लीफी वेजिटेबल पीनट्स ये सारा कुछ ठीक है इस तो बाद इंपॉर्टेंट है विटामिन बी ट्वैल्व आ रहा अपने को बी ट्वैल्व विटामिन बी नाइन भी कर सकते हो ठीक है बी ट्वैल्व इंपॉर्टेंट है विटामिन बी ट्वैल्व में कहें कोबालेमाइन ये आर सी नेम याद कर लियो ਫੰਕਸ਼ਨ ਕੀ ਹੈ ਨਰਵਸ ਸਿਸਟਮ ਪ੍ਰੋਟੀਨਸ ਐਂਡ ਸਿੰਥੈਟਾਈਜ਼ਸ ਕਰਦੇ ਇਨ ਸਾਰੀਆਂ ਚੀਜ਼ਾਂ ਨੂੰ ਕੀ ਕਿਥੋਂ ਕਿਥੋਂ ਮਿਲਦਾ ਲੀਵਰ ਤੋਂ ਫਿਸ਼ ਤੋਂ 치ਜ਼ ਤੋਂ ਮਿਲਕ ਤੋਂ ਮਤਲਬ ਐਨੀਮਲ ਪ੍ਰੋਡਕਟਸ ਨੇ ਜਿਵੇਂ ਕਿਡਨੀਜ਼ ਬੀਫ ਫਿਸ਼ ਐਗ ਯੋਲਕ ਕਲੀਅਰ ਉਸ ਤੋਂ ਬਾਅਦ ਵਿਟਾਮਿਨ ਸੀ ਐਸਕਰੋਬਿਕ ਐਸਿਡ ਆਪਾਂ ਨੂੰ ਪਤਾ ਹੈ ਵਿਟਾਮਿਨ ਸੀ ਖਟੀਆਂ ਚੀਜ਼ਾਂ ਤੋਂ ਕਹਿੰਦੇ ਨੇ ਸਿਟਰਸ ਫਰੂਟ ਜਿਵੇਂ 오ਰੇਂਜ ਲੈਮਨ ਆਮਲਾ ਇੰਨਾਂ ਲਿਖਿਆ ਹੋਇਆ ਠੀਕ ਹੈ ਸਿਟਰਸ ਫਰੂਟਸ ਤੋਂ ਮਿਲਦਾ ਹੈ ਮੇਨਲੀ ਇਹ ਆਪਣੇ ਬੋਨਸ ਤੇ ਟੀਥ ਦੀ ਪ੍ਰੋਡਕਸ਼ਨ ਦੇ ਲਈ ਹੁੰਦਾ ਹੈ ਉਹਦੇ ਲਈ ਐਂਟੀਆਕਸੀਡੈਂਟ ਹੁੰਦਾ ਹੈ ਵੀ ਆਪਾਂ ਨੂੰ ਪਤਾ ਹੈ ਨੈਕਸਟ ਹੈ ਵਿਟਾਮਿਨ ਡੀ ਮੇਨ ਮੈਂ ਨਹੀਂ ਤੁਸੀਂ ਕਹ ਲਿਓ ਕਿ ਕਿ ਇੰਨੇ ਵਿਟਾਮਿਨ ਬੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਵਿਟਾਮਿਨ ਡੀ ਆਪਾਂ ਨੂੰ ਪਤਾ ਹੈ ਸਨਰੇਸ ਤੋਂ ਮਿਲਦਾ ਹੈ ਠੀਕ ਹੈ ਫਿਸ਼ ਤੋਂ ਮਿਲਕ ਤੋਂ ਬਟਰ ਇੰਨਾ ਚੀਜ਼ਾਂ ਤੋਂ ਤੇ ਆਪਣੀ ਬੋਨਸ ਦੀ ਫਾਰਮੇਸ਼ਨ ਕੈਲਸ਼ੀਅਮ ਫਾਸਫੋਰਸ ਦੀਜ਼ ਦੇ ਲਈ ਠੀਕ ਹੈ ਕੈਲਸੀਫ ਕੈਲਸੀਟ੍ਰੋਲ ਜਾਂ ਕੈਲਸੀਫਰੋਲ ਕਹਿ ਦਿੰਦੇ ਐ ਨੂੰ ਨੈਕਸਟ ਹੈ ਵਿਟਾਮਿਨ E ਐਂਡ ਵਿਟਾਮਿਨ K ਇਕੱਠਾ ਕਰ ਲਿਓ ਵਿਟਾਮਿਨ E ਨਟਸ ਐਂਡ ਐਲੀਮੈਂਟਸ ਤੋਂ ਮਿਲਦਾ ਹੈ ਇਹ ਰੈੱਡ ਸੈਲਸ ਦੀ ਫਾਰਮੇਸ਼ਨ ਦੇ ਲਈ ਹੁੰਦਾ ਐ ਐਂਟੀਆਕਸੀਡੈਂਟ ਹੁੰਦਾ ਇਹਦਾ ਨੇਮ ਇੰਨਾ ਨਹੀਂ ਆਉਂਦੇ ਹੈਗੇ ਠੀਕ ਹੈ ਸੀਡ ਆਇਲ ਨਟਸ ਬਟਰ ਸਾਨੂੰ ਫਲਾਰ ਆਇਲ ਤੋਂ ਮਿਲ ਜਾਂਦਾ ਤੇ ਜਿਹੜਾ ਵਿਟਾਮਿਨ K ਐ ਉਹ ਆਪਾਂ ਨੂੰ ਸਪਰਾਉਟਸ ਤੋਂ ਬਰੋਕਲੀ, ਸਪਾਈਨਚ ਤੇ ਗ੍ਰੀਨ ਵੈਜੀਟੇਬਲਸ ਆ ਗਿਆ ਇੰਨਾ ਸਭ ਤੋਂ ਮਿਲ ਜਾਂਦਾ ਇਹ ਆਪਣੇ ਕੋਲ ਕੀ ਹੋਗੇ ਵਿਟਾਮਿਨਸ ਹੋਗੇ ਕਲੀਅਰ ਅੱਜ ਮੈਂ ਨਹੀਂ ਰੱਖਦੀਆਂ ਕਲਾਸ ਤੇ ਆਈ ਹੋਪ ਤੁਹਾਨੂੰ ਸਾਰਾ ਸਮਝ ਆਇਆ ਹੋਵੇ ਪਲੀਜ਼ ਜੇ ਤੁਹਾਡਾ ਕੋਈ ਵੀ ਡਾਊਟ ਹੁੰਦਾ ਕੋਈ ਵੀ ਡਾਊਟ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ ਮੈਨੂੰ ਕੁਐਸ਼ਨ ਪੁੱਛ ਸਕਦੇ ਹੋ ਤੇ ਮੈਂ ਤੁਹਾਡਾ ਆਨਸਰ ਜ਼ਰੂਰ ਦਵਾਂਗੀ ਕਮੈਂਟ ਦਾ ਰਿਪਲਾਈ ਜ਼ਰੂਰ ਕਰੂੰਗੀ ਠੀਕ ਹੈ ਤੇ ਅਗਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਫਰੈਂਡਸ ਦੇ ਨਾਲ ਜਿਨ੍ਹਾਂ ਨੇ ਵੀ ਪੀਟੈਟ ਦਾ ਐਗਜ਼ਾਮ ਦੇਣਾ ਹੈ ਪਲੀਜ਼ ਸ਼ੇਅਰ ਕਰਿਓ ਐਂਡ ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸੋ ਥੈਟ ਤੁਹਾਨੂੰ ਨੋਟੀਫਿਕੇਸ਼ਨਸ ਟਾਈਮ ਟੂ ਟਾਈਮ ਮਿਲਦੀਆਂ ਰਹਿਣ ਐਂਡ ਤੁਸੀਂ ਆਪਣੀ ਪ੍ਰੈਪਰੇਸ਼ਨ ਪ੍ਰੋਪਰ ਵੇ ਦੇ ਨਾਲ ਕਰ ਪਾਓ ਕਲੀਅਰ ਥੈਂਕ ਯੂ so much